Galatas que tú tienes de alta budget valga no igual aquí que tengo al panes ambe peso y peso de pandeja de arpía le hace al panes ambe peso de yo de pandeja de arpía de ni al panes que era que hoy mucho de cuarto dube un acá de parte le da todo de por la casa de dinero más de ayo pandeja de yo no ni es shabda que te que parte ni moca sambe le gana la al cap que quería así de dos no pasé ਅਸੀਂ ਤੁਹਾਡੇ ਵਫਾਦਾਰ ਆ ਔਰ ਅਗਦੇ ਤੇ ਵਫਾਦਾਰ ਆ ਅਸੀਂ ਤੋਂ ਮੁਨਕਰ ਨਹੀਂ ਅਸੀਂ ਤੇ ਟੈਕਸ ਦੇਣਾ ਚਾਹੁੰਦੇ ਆ ਪਰ ਰਾਜਾ ਪਿੰਤਾ ਟੈਕਸ ਨਹੀਂ ਦੇਣਾ ਉਹ ਸਭ ਤੋਂ ਵੱਡਾ ਰਾਜਾ ਦੀ ਰਿਆਸਤ ਵੱਡੀ ਹੈ ਜੇ ਤੇ ਨੂੰ ਟੈਕਸ ਦੇਣੇ ਆ ਤਾਂ ਉਹ ਮਾਰਦਾ ਉਹ ਡਰਦਾ ਸਾਡਾ ਰਾਜ ਕਰੇਗਾ ਜੇ ਨਹੀਂ ਦਿੰਦੇ ਤੇ ਤੁਸੀਂ ਬਾਹਰ ਵਸੇ ਜਦੋਂ ਇਹਦੀ ਗੱਲ ਆਪਾਂ ਸੁਣੀ ਉਹ ਕਹਿੰਦਾ ਤੁਹਾਨੂੰ ਪਿੰਤਾ ਤੇ ਰੋਕਦੇ ਚਲੋ ਫਿਰ ਪਹਿਲਾਂ ਪਿੰਤਾ ਦੇ ਫਿਰ ਹਮਲਾ ਹੀ ਕਿਉਂ ਕਰਦੇ ਹੋ ਤੁਸੀਂ ਮੇਰੇ ਨਾਲ ਚਲੋ ਹੁਣ ਆਲਮਖਾਨ ਦੀਆਂ ਫੌਜਾਂ ਕਿਰਪਾਲਤਾ ਦੀ ਟੋਕੀ ਦੀਆਂ ਫੌਜਾਂ ਤੇ ਜਲ ਤੇ ਵਿਜਟ ਵਾਲ ਕੇ ਦੇ ਫੌਜਾਂ ਇੱਕ ਦਮ ਇਹਨਾਂ ਦੇ ਰਾਜਾ ਨੂੰ ਜਨ ਵੱਲ ਫੜਾ ਜਾ ਦਿੱਤੀ ਪੀਂਤਾ ਨੂੰ ਖਬਰਾਂ ਪਹੁੰਚੀ ਆਪਣੇ ਨਾਲ ਦੇ ਪਹਾੜੀ ਰਾਜੇ ਨੂੰ ਲੈ ਕੇ ਉਹ ਨਦਾਉਣ ਦੇ ਪਹਾੜ ਪਿਆ ਇਸੇ ਕਰਕੇ ਉਹ ਨਦਾਉਣ ਦੀ ਜੰਗ ਕੀ ਨਦਾਉਣ ਦੀ ਜੰਗ ਦਾ ਰਾਜ ਦੂਜੀ ਗੱਲ ਹੁਣ ਇੱਕ ਬੰਨੇ ਪੀਂਤਾ ਦੀ ਫੌਜਾਂ ਤੇ ਦੂਜੇ ਬੰਨੇ ਸਾਰਾ ਦਿਨ ਸਾਰੀ ਦਿਨ ਲੜਾਈ ਸੀ ਜਿਹੜੀ ਬੜੀ ਜ਼ੋਰ ਦੀ ਲੜਾਈ ਹੋਈ ਸ਼ਾਮ ਨੂੰ ਵੀ ਲੜਾਈ ਹੋ ਗਈ ਨਾ ਵੀ ਜਿੱਤਿਆ ਤੇ ਨਾ ਵੀ ਹਾਰਿਆ ਸ਼ਾਮ ਨੂੰ ਰਾਜਾ ਪੀਤਲ ਬਾਕੀ ਪਹਾੜੀ ਰਾਜਿਆਂ ਨੂੰ ਇਕੱਠੇ ਕਰਕੇ ਕਹਿਣ ਲੱਗਾ ਵੀ ਮੇਰੇ ਹੱਥ ਖੜੇ ਹੁਣ ਜੇ ਕੱਲ ਨੂੰ ਮੈਦਾਨ ਦੇ ਜੰਗ ਵਿੱਚ ਜਾਵਾਂਗੇ ਹਾਰ ਸਕਦੇ ਨਿਸ਼ਚਿਤ ਹੈ ਹੁਣ ਅਸੀਂ ਬਚ ਨਹੀਂ ਸਕਦੇ ਹੁਣ ਅਸੀਂ ਹਾਰਾਂਗੇ ਜਿੱਤ ਨਹੀਂ ਸਕਦੇ ਹੁਣ ਜ਼ਿੰਦਗੀ ਕੋਈ ਬੰਦਾ ਹਾਰਨਾ ਕੋਈ ਜ਼ਿੰਦਗੀ ਵਿੱਚ ਨਾ ਮੈਂ ਨਾ ਤੁਸੀਂ ਕੋਈ ਬੰਦਾ ਹਾਰਨਾ ਭਾਵੇਂ ਉਹ ਮੁਕੱਦਮਾ ਲੜੇ ਭਾਵੇਂ ਉਹ ਲੈਕਚਰ ਲੜੇ ਭਾਵੇਂ ਜੰਗ ਲੜੇ ਉਹ ਚਾਹੁੰਦਾ ਮੈਂ ਜਿੱਤਾਂ ਉਹ ਚਾਹੁੰਦਾ ਕਿ ਮੈਂ ਜਿੱਤਾਂ ਜਦੋਂ ਪਤਾ ਨੂੰ ਮੈਂ ਹਾਰ ਜਾਣਾ ਤੇ ਉਹ ਜੰਗ ਨਹੀਂ ਲੜਨਾ ਰਾਜਾ ਵੀ ਪਤਾ ਕਹਿ ਲੱਗਾ ਹੁਣ ਕੱਲ੍ਹ ਤੁਸੀਂ ਜੰਗ ਦੇ ਲੜਾਂਗੇ ਵੀ ਤੇ ਜਿੱਤ ਵੀ ਤੇ ਪਹਾੜੀ ਰਾਜਾ ਨੇ ਆਖਿਆ ਵੀ ਹੁਣ ਕੀ ਕਰੀਏ ਲੜਾਈ ਤੇ ਗੱਲ ਪੈ ਗਈ ਜੇ ਨਹੀਂ ਲੜਾਂਗੇ ਉਹਦੀਆਂ ਫੌਜਾਂ ਸਾਡੇ ਤੇ ਹਮਲਾ ਕਰ ਦੇਣਗੀਆਂ ਸਾਡੀਆਂ ਫੌਜਾਂ ਨੂੰ ਮੌਤ ਕਾਟੋ ਕਰਨਗੇ ਸਾਡੇ ਰਾਜ ਵੀ ਚਲੇ ਜਾਣਗੇ ਰਾਜ ਚਲੇ ਗਏ ਤੇ ਧਰਮ ਵੀ ਚਲੇ ਜਾਣਗੇ ਇੱਜ਼ਤ ਵੀ ਚਲੀ ਜਾਏ ਕੀ ਕਰੀਏ ਹੁਣ ਤੇ ਰਾਜਾ ਵੀ ਵਿਚਾਰ ਕਰ ਲੈਗਾ ਹੁਣ ਕੀ ਕਰੀਏ ਹੁਣ ਤੇ ਕੱਲ੍ਹ ਵੀ ਤਾਂ ਪਾਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੀ ਮਦਦ ਕਰਦੇ ਨਾ ਤੇ ਫਿਰ ਅਸੀਂ ਜਾਣਦੇ ਵੇਖੋ ਕੈਸੇ ਜਾਣਦੇ ਉਹ ਵੀ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੁਰੂ ਦਾ ਪਿਆਸਾ ਹੈ ਕੋਈ ਮੌਕਾ ਨਹੀਂ ਜਾਂਦਾ ਦਾ ਹਰ ਵੇਲੇ ਨੂੰ ਇਸ ਬਾਅਦ ਵਿੱਚ ਹੈ ਕਿ ਕਿਹੜੇ ਵੇਲੇ ਆਨੰਦ ਸਾਹਿਬ ਦੀ ਧਰਤੀ ਤੋਂ ਕਲਗੀ ਤੱਕ ਪਾਤਸ਼ਾਹ ਨੂੰ ਜਾ ਰਿਹਾ ਹਰ ਵੇਲੇ ਹੁਣ ਜਦੋਂ ਆਪਣੀ ਜਾਨ ਤੇ ਬਣੀਏ ਤੇ ਹੁਣ ਗੁਰੂ ਨਾਨਕ ਦਾ ਦਰਸ਼ਨ ਕਰ ਗਿਆ ਕਹਿਣ ਲੱਗਾ ਕਿ ਕਲਗੀ ਤੱਕ ਪਾਤਸ਼ਾਹ ਮਦਦ ਕਰ ਦੇਣਾ ਤੇ ਸਾਡੀ ਜਿੱਤ ਹੋ ਜਾਏ ਤੇ ਨਾਲ ਦੇ ਪਾਣੀ ਰਾਜਾ ਜਾ ਗਿਆ ਉਹ ਪੀਂਦਾ ਦਾ ਗੁਰੂ ਤੋਂ ਕਿਹੜੇ ਪ੍ਰਕਾਰ ਮਦਦ ਮੰਗੇਗਾ ਤੂੰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦੁਸ਼ਮਣੀ ਕਰਦਾ ਹੈ ਮਹਾਰਾਜ ਨੂੰ ਉਜਾੜਦਾ ਹਰ ਵੇਲੇ ਤੂੰ ਦਾ ਰੋਹ ਕਰਦਾ ਕਿਹੜੇ ਗੁਰੂ ਦਾ ਮਦਦ ਮੰਗੇ ਤੇ ਰਾਜਾ ਭੀਮ ਤਾਂ ਕਹਿ ਲੱਗਾ ਗੁਰੂ ਨਾਨਕ ਦਾ ਕਰ ਬਖਸ਼ਣ ਹਾਰ ਆਪਾਂ ਆਪਣੀ ਗਲਤੀ ਦੀ ਮਾਫ਼ ਕਰ ਲੈਂਦੇ ਹਾਂ ਤੇ ਗੁਰੂ ਸਾਨੂੰ ਬੇਨਤੀ ਕਰਦੇ ਨੇ ਕਿ ਸਾਨੂੰ ਇਹ ਹਿੰਦੁਸਤਾਨੀਆਂ ਦੇ ਮਨ ਦੀ ਇੱਕ ਮਾਨਸਿਕਤਾ ਹੈ ਜਦੋਂ ਕਦੇ ਸਾਡੀਆਂ ਸਰਹੱਦਾਂ ਤੇ ਆਇਆ ਹੁੰਦਾ ਹੈ ਫਿਰ ਸਿੱਖ ਕੌਮ ਬਹਾਦਰ ਤੇ ਬਹੁਤ ਮਹਾਨ ਕੌਮ ਬਣ ਜਾਂਦੀ ਹੈ ਉਹ ਕਹਿੰਦੇ ਨੇ ਸਿੱਖਾਂ ਦੇ ਹੁੰਦਿਆਂ ਸਾਨੂੰ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਸਰਹੱਦਾਂ ਤੇ ਮਰਨਾ ਹੁੰਦਾ ਸ਼ਹੀਦ ਹੋਣਾ ਹੈ ਫਿਰ ਸਿੱਖ ਦੇਸ਼ ਦਾ ਅਨਿਖਰਵਾ ਰਾਖੇ ਇਹ ਦੇਖ ਕੇ ਪਰ ਜੇ ਸਿੱਖ ਵੱਧ ਅਧਿਕਾਰ ਮੰਗ ਲੈਣ ਸਿੱਖ ਆਪਣੇ ਵਾਸਤੇ ਕੁਝ ਮੰਗ ਲੈਣ ਤੇ ਸਿੱਖ ਆਤਮਾ ਵੀ ਹੋ ਜਾਏ ਜਦੋਂ ਮਰਨ ਵਾਸਤੇ ਪੂਰੇ ਕਰ ਲੈਂਦੇ ਤੇ ਉਦੋਂ ਸਿੱਖ ਜਦੋਂ ਆਪਣੀ ਸੂਟ ਪਾਸੇ ਕੋਲ ਮੰਗ ਲੈਣ ਅਜੀਬ ਜੀ ਰਾਜਨੀਤੀ ਮੇਰੇ ਬੋਲਣ ਦਾ ਟੋਪਿਕ ਕਦੇ ਵੀ ਨਹੀਂ ਗੱਲ ਹੀ ਹੁੰਦਾ ਮੈਂ ਕੇਵਲ ਧਾਰਮਿਕ ਕਹਿੰਦਾ ਜੋ ਕੁਝ ਸਾਡੇ ਨਾਲ ਹੋਇਆ ਉਹਨੂੰ ਮਨੁੱਖ ਜਦੋਂ ਇਤਿਹਾਸ ਦੇ ਪੜਿਆ ਤੋਂ ਪੜਦਾ ਉਹਦੇ ਅੰਦਰ ਹੌਕਾ ਨਿਕਲਦਾ ਸੀ ਕਿ ਸਾਡੇ ਕਿੱਥੇ ਖੈਰ ਮੈਂ ਆਪਣੀ ਗੱਲ ਕੇਂਦਰਤ ਕਰਾਂ ਮੈਂ ਕਲਗੀ ਤੇ ਪਾਤਰ ਦੇ ਪ੍ਰਕਾਸ਼ ਦੀ ਕੋਈ ਗੱਲ ਨਹੀਂ ਕੀਤੀ ਸਵਾਲ ਹੋਏਗਾ ਕਿ ਭਾਈ ਸਾਹਿਬ ਜੀ ਕਿਉਂ ਨਹੀਂ ਬਚਨ ਕੀਤਾ ਮਹਾਰਾਜ ਦੇ ਪ੍ਰਕਾਸ਼ ਦਾ
ਤੇ ਮੈਂ ਇੱਕ ਗੱਲ ਕਹਿ ਦਿੰਦਾ ਕਿ ਅੱਜ ਸਿੱਖ ਹੈ ਜਿਹੜਾ ਉਹ ਕਲਗੀਧਰ ਪਾਤਸ਼ਾਹ ਦੇ ਪ੍ਰਕਾਸ਼ ਤੋਂ ਬਾਅਦ ਜੋ ਘਟਨਾ ਵਾਪਰਦੀ ਹੈ ਉਹਨੂੰ ਭੁੱਲ ਗਿਆ। ਉਹ ਘਟਨਾ ਕੀ ਵਾਪਰਦੀ ਹੈ? ਸਹੀ ਭਿਕਸ਼ਾ ਵਾਲੀ ਗੱਲ ਹੈ। ਠੱਸ ਕੇ ਰਾਮ ਜੀ ਚੱਲ ਗਏ ਪਟਨਾ ਸਾਹਿਬ ਪਹੁੰਚਦਾ ਮਹਾਰਾਜੇ ਚਰਨਾਂ ਤੇ ਮੱਥਾ ਟੇਕਣ ਵਾਸਤੇ, ਮਹਾਰਾਜੇ ਦਰਸ਼ਨ ਕਰਨ ਵਾਸਤੇ। ਤੇ ਅੱਜ ਦਾ ਸਿੱਖਿਆ ਜਿਹੜਾ ਉਹ ਕਬਰਾਂ ਤੇ ਮੱਥੇ ਟੇਕਦਾ। ਮੈਨੂੰ ਪੁੱਛੋ ਕਿ ਜੀ ਕਹਾਣੀ ਕਿਤੇ ਆ ਗਈ? ਡੇਢ ਮਿੰਟ ਦੀ ਸੜਕ ਬਣਾਉਣ ਵਾਲਾ ਮਹਿਕਮਾ ਮਾਨ ਜੋ ਜਥੇਦਾਰ ਜੀ ਬੈਠੇ ਨੇ ਪਤਾ ਹੈ, ਸੜਕ ਬਣਾਉਣ ਵਾਲਾ ਮਹਿਕਮਾ ਇਸੇ ਰਸਤੇ ਦੀ ਬਿਣਤੀ ਕਰਦੇ ਸੀ, ਸੜਕ ਚੌੜੀ ਕਰਨੀ ਸੀ ਉਹਨਾਂ ਨੇ। ਜਦੋਂ ਸੜਕ ਚੌੜੀ ਕਰਨ ਵਾਸਤੇ ਉਹ ਨਾਪ ਕਰਨ ਲੱਗੇ, ਮਿਣਨ ਲੱਗੇ, ਤੇ ਸੜਕ ਦੇ ਕਿਨਾਰੇ ਦੀ ਇੱਕ ਕਬਰ ਨਜ਼ਰ ਪਈ। ਉਹ ਕਬਰ ਦਾ ਥੋੜਾ ਜਿਹਾ ਹਿੱਸਾ ਸੜਕ ਵਿੱਚ ਆ ਗਿਆ, ਮਿਣਤੀ ਵਿੱਚ ਆ ਗਿਆ। ਸੜਕਾਂ ਦੇ ਕਿਨਾਰੇ ਕਬਰਾਂ ਬਣੀਆਂ ਨੇ,